ਕੈਨੇਡਾ ਵਿੱਚ ਜਦੋਂ ਵੀ ਤੁਸੀਂ ਪੜ੍ਹ ਰਹੇ ਹੋ, ਕਿਸੇ ਵੀ ਕਾਲਜ 'ਚ ਪੜ੍ਹਦੇ ਹੋ ਜਾਂ ਫਿਰ ਯੂਨੀਵਰਸਿਟੀ 'ਚ ਪੜ੍ਹ ਰਹੇ ਹੋ, ਕਾਲਜ ਚੇਂਜ ਜਾਂ ਪ੍ਰੋਗਰਾਮ ਚੇਂਜ ਕਰਨ ਦਾ ਪ੍ਰੋਸੈਸ ਕੀ ਹੁੰਦਾ ਆ? ਕੀ DLI ਅਪਰੂਵਡ ਕਾਲਜ ਹੋਣਾ ਜ਼ਰੂਰੀ ਆ, ਜਾਂ ਫਿਰ ਇਹਦੀ ਕੋਈ ਫੀਸ ਲੱਗਦੀ ਹੈ, ਜਾਂ ਫਿਰ ਸਟੂਡੈਂਟ ਆਪਣੇ ਆਪ ਹੀ ਕਰ ਸਕਦਾ ਹੈ ਆਪਣੇ ਕਾਲਜ ਦੀ ਇਨਫੋਰਮੇਸ਼ਨ ਇਮੀਗ੍ਰੇਸ਼ਨ ਨਾਲ ਅਪਡੇਟ? ਕੀ ਇਮੀਗ੍ਰੇਸ਼ਨ ਨਾਲ ਇਨਫੋਰਮੇਸ਼ਨ ਅਪਡੇਟ ਕਰਾਉਣੀ ਜ਼ਰੂਰੀ ਆ, ਜਾਂ ਤੁਸੀਂ ਆਪਣੀ ਮਰਜ਼ੀ ਨਾਲ ਚੁੱਪਚਾਪ ਕਾਲਜ ਚੇਂਜ ਕਰ ਸਕਦੇ ਹੋ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਜੀ ਅੱਜ ਦੀ ਵੀਡੀਓ ਵਿੱਚ। ਚੈੱਕ ਮੈਂ ਹਾਂ ਜੌਨੀ ਹੰਸ ਤੇ ਲੈ ਕੇ ਹਾਜ਼ਰ ਹਾਂ ਜੀ ਅੱਜ ਦੀ ਵੀਡੀਓ। ਪਹਿਲਾਂ ਤਾਂ ਸਾਡੀਆਂ ਸਾਰੀਆਂ ਵੀਡੀਓਜ਼ ਨੂੰ ਪਸੰਦ ਕਰਨ ਲਈ ਥੈਂਕ ਯੂ ਸੋ ਮਚ, ਬਹੁਤ ਬਹੁਤ ਮਿਹਰਬਾਨੀ ਜੀ। ਤੇ 42,000 ਸਬਸਕ੍ਰਾਈਬਰਸ ਹਿੱਟ ਕਰ ਗਏ ਜੀ YouTube ਤੇ, ਤੁਹਾਡੀ ਮਿਹਰਬਾਨੀ ਦੀ ਬਦੌਲਤ। ਤੇ ਸਾਡੀ ਕੋਸ਼ਿਸ਼ ਆ ਕਿ ਹੋਰ ਆਉਣ ਵਾਲੇ ਟਾਈਮ 'ਚ ਇਨਫੋਰਮੇਟਿਵ ਵੀਡੀਓਜ਼ ਤੁਹਾਡੇ ਨਾਲ ਨਾਲ ਸ਼ੇਅਰ ਕਰ ਦਈਏ। ਨਾਲ ਨਾਲ ਦੱਸ ਦਈਏ ਜੀ ਕਿ ਅਸੀਂ ਮੋਟੀਵੇਸ਼ਨਲ ਵੀਡੀਓਜ਼, ਪੰਜਾਬੀ ਸ਼ਾਇਰੀ ਤੇ ਪੰਜਾਬੀ ਰੈਪ ਵੀਡੀਓਜ਼ ਇਸ YouTube ਚੈਨਲ ਤੇ ਸ਼ੇਅਰ ਕਰਦੇ ਹਾਂ। ਤੇ ਜੇ ਤੁਸੀਂ ਅਜੇ ਇਸ ਚੈਨਲ ਤੇ ਇਸ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤੇ ਕੰਸੀਡਰ ਸਬਸਕ੍ਰਾਈਬਿੰਗ ਆਰ YouTube ਚੈਨਲ ਐਂਡ ਹਿੱਟ ਬੈਲ ਬਟਨ, ਤਾਂ ਕਿ ਅਗਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਤੁਹਾਡੀਆਂ ਸਕਰੀਨਾਂ ਤੇ ਟਾਈਮ ਨਾਲ ਪਹੁੰਚ ਜਾਵੇ। ਲਓ ਜੀ ਫਿਰ ਗੱਲ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਕੀ ਹੁੰਦਾ ਹੈ ਜੇ ਤੁਸੀਂ ਆਪਣਾ ਕਾਲਜ ਚੇਂਜ ਕਰਨਾ ਹੈ। ਸਭ ਤੋਂ ਪਹਿਲਾਂ ਗੱਲ ਆਉਂਦੀ ਕਿ ਕਾਲਜ ਚੇਂਜ ਕਰਦੇ ਸਟੂਡੈਂਟਸ ਕਿਉਂ ਨੇ, ਉਹਦੇ ਕੁਝ ਇੰਪੋਰਟੈਂਟ ਆਪਣੇ ਆਪਣੇ ਰੀਜ਼ਨ ਹੋ ਸਕਦੇ ਨੇ, ਕਿਉਂਕਿ ਅਸੀਂ ਬਹੁਤ ਸਾਰੀਆਂ ਵੀਡੀਓਜ਼ ਕੀਤੀਆਂ ਸਟੂਡੈਂਟ ਲਾਈਫ ਦੇ ਉੱਤੇ ਤੇ ਪਤਾ ਲੱਗਦਾ ਤੁਹਾਡੇ ਫੀਡਬੈਕ ਤੋਂ, ਤੁਹਾਡੇ ਨਾਲ ਜਦ ਵੀ ਗੱਲ ਹੁੰਦੀ ਹੈ ਕਿ ਰੀਜ਼ਨ ਹੁੰਦੇ ਨੇ ਕਿਸੇ ਦੇ ਵੀ ਕਾਲਜ ਚੇਂਜ ਕਰਨ ਦੇ। ਸਭ ਤੋਂ ਪਹਿਲਾਂ ਜ਼ਿਆਦਾਤਰ ਸਟੂਡੈਂਟਸ ਇਸ ਕਰਕੇ ਚੇਂਜ ਕਰਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਕਾਲਜ ਆ ਉਹ ਪ੍ਰਾਈਵੇਟ ਕਾਲਜ ਆ। ਕਹਿਣ ਦਾ ਮਤਲਬ ਜਿਹੜੇ ਪ੍ਰਾਈਵੇਟ ਕਾਲਜਸ ਕੁਝ ਸਟੇਟਸ ਦੇ ਵਿੱਚ ਨੇ ਜਿਵੇਂ ਓਨਟੈਰੀਓ, BC ਜਾਂ ਹੋਰ ਸਟੇਟਸ ਦੇ ਵਿੱਚ, ਉਹਨਾਂ ਵਿੱਚ ਪ੍ਰਾਈਵੇਟ ਕਾਲਜਸ ਜਿਹੜੇ ਹੁੰਦੇ ਨੇ ਉਹ ਤੁਹਾਨੂੰ ਵਰਕ ਪਰਮਿਟ ਲਈ ਐਲੀਜੀਬਲ ਨਹੀਂ ਹੁੰਦੇ, ਯਾਨੀ ਉਹ DLI ਜਾਂ ਤਾਂ DLI ਨਹੀਂ ਹੁੰਦੇ। ਜੇ DLI ਹੈਗੇ ਨੇ ਤਾਂ ਦੇ ਆਰ ਨਾਟ ਅਪਰੂਵਡ ਫਾਰ ਵਰਕ ਪਰਮਿਟ। ਇਹ ਅਪਰੂਵਲ ਇਮੀਗ੍ਰੇਸ਼ਨ ਜਾਂ ਗਵਰਨਮੈਂਟ ਵੱਲੋਂ ਹੀ ਮਿਲਦਾ ਆ। ਤੇ ਜਿਹੜੇ ਕਾਲਜ ਅਪਰੂਵਡ ਹੁੰਦੇ ਨੇ ਉਹਨਾਂ ਵਿੱਚ ਪੜ੍ਹਦੇ ਹੋਏ ਸਟੂਡੈਂਟਸ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਹੀ ਵਰਕ ਪਰਮਿਟ ਲਈ ਐਲੀਜੀਬਲ ਹੁੰਦੇ ਨੇ। ਜੇ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਾਲ ਲੈ ਕੇ ਕੋਈ ਵੀ ਕੁਐਸਚਨ ਆ, ਅਸੀਂ ਇਹਦੇ ਉੱਤੇ ਇੱਕ ਡੀਟੇਲ 'ਚ ਵੀਡੀਓ ਕੀਤੀ ਹੋਈ ਆ ਕਿ ਕਿੰਨੀ ਦੇਰ ਦੀ ਪੜ੍ਹਾਈ ਤੋਂ ਬਾਅਦ ਕਿੰਨੀ ਦੇਰ ਦਾ ਵਰਕ ਪਰਮਿਟ ਮਿਲਦਾ ਆ, ਜਾਂ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਸਟੂਡੈਂਟਸ ਨੂੰ ਤੇ ਉਹਨਾਂ ਦੇ ਸੋਲਿਊਸ਼ਨਸ ਕੀ ਹੁੰਦੇ ਨੇ, ਉਹਦੇ ਤੇ ਅਸੀਂ ਇੱਕ ਡੀਟੇਲ ਵੀਡੀਓ ਕੀਤੀ ਆ। ਅਸੀਂ ਉੱਪਰ ਕਾਰਡ ਦੇ ਦਿੰਦੇ ਹਾਂ, ਥੱਲੇ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਲਿੰਕ ਸ਼ੇਅਰ ਕਰ ਦੇਣਾ, ਤੁਸੀਂ ਕਦੀ ਵੀ ਉਸ ਲਿੰਕ ਨੂੰ ਚੈੱਕ ਕਰ ਸਕਦੇ ਹੋ। ਤੇ ਹੁਣ ਗੱਲ ਕਰਦੇ ਹਾਂ ਕਿ ਇਸ ਦਾ ਸਾਰਾ ਪ੍ਰੋਸੈਸ ਹੈ ਕੀ, ਮੇਨ ਰੀਜ਼ਨਸ ਕਿਉਂ ਹੁੰਦੇ ਨੇ ਕਿ ਕਿਉਂ ਸਟੂਡੈਂਟਸ ਆਪਣੇ ਕਾਲਜਸ ਨੂੰ ਚੇਂਜ ਕਰਦੇ ਨੇ। ਸਭ ਤੋਂ ਪਹਿਲੀ ਗੱਲ ਇਹ ਹੋ ਸਕਦੀ ਆ ਕਿ ਜਿਵੇਂ ਪਹਿਲਾਂ ਦੱਸਿਆ ਕਿ ਜੇ ਤੁਹਾਡਾ ਕਾਲਜ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇਣ ਦੇ ਲਈ ਐਲੀਜੀਬਲ ਹੀ ਨਹੀਂ ਆ, ਤੇ ਫਿਰ ਇਟਸ ਬੈਟਰ ਕਿ ਰਾਦਰ ਦੈਨ ਵੇਸਟਿੰਗ ਟਾਈਮ ਤੁਸੀਂ ਉਸ ਪ੍ਰੋਗਰਾਮ ਜਾਂ ਉਸ ਕਾਲਜ 'ਚ ਪੜ੍ਹ ਲਓ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇਣ ਲਈ ਐਲੀਜੀਬਲ ਹੈ। ਹੁਣ ਗੱਲ ਇਹ ਆਉਂਦੀ ਆ ਕਿ ਕਿਵੇਂ ਪਤਾ ਕੀਤਾ ਜਾਵੇ ਕਿ ਕੋਈ ਕਾਲਜ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇਣ ਲਈ ਐਲੀਜੀਬਲ ਹੈ ਜਾਂ ਨਹੀਂ ਹੈ। ਸੋ ਉਹਦਾ ਬਹੁਤ ਹੀ ਸਿੰਪਲ ਪ੍ਰੋਸੈਸ ਆ, canada.ca ਤੁਹਾਡੀ ਬਲੂ ਬੁੱਕ ਆ ਜਿੱਥੇ ਹਰ ਇੱਕ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਂਦੀ ਆ। ਤੁਸੀਂ ਜਾਓ canada.ca ਤੇ, ਉਹਦੇ ਵਿੱਚ ਪਾਓ ਕਿ DLI ਸਰਚ। ਜਦੋਂ ਤੁਸੀਂ DLI ਸਰਚ ਕਰਨਾ ਚਾਹੁੰਦੇ ਹੋ ਤੇ ਥੱਲੇ ਲਿੰਕ ਵੀ ਦੇ ਦਾਂਗੇ, ਉੱਥੇ ਤੁਸੀਂ ਸਿਰਫ ਸਟੇਟ ਚੈੱਕ ਕਰਨੀ ਹੁੰਦੀ ਹੈ, ਸਿਲੈਕਟ ਕਰਨੀ ਹੁੰਦੀ ਸਟੇਟ, ਉਹ ਤੋਂ ਬਾਅਦ ਕਾਲਜ ਦਾ ਨਾਮ ਪਾ ਦਿਓ। ਜੇ ਤੁਸੀਂ ਥੋੜੇ ਵੀ ਲੈਟਰਸ ਲਿਖਦੇ ਹੋ ਤੁਹਾਨੂੰ ਸਰਚ 'ਚ ਆਪਣੇ ਆਪ ਆ ਜਾਂਦਾ। ਫੋਰ ਐਗਜ਼ਾਮਪਲ ਜੇ ਤੁਸੀਂ ਪਾਉਂਦੇ ਹੋ ਮਾਈਲਸਟੋਨ ਕਾਲਜ, ਤਾਂ ਆਪਣੇ ਆਪ ਉਹਦਾ ਨਾਮ ਥੱਲੇ ਆ ਜਾਂਦਾ ਹੈ। ਉਹਦੇ ਅੱਗੇ ਤੁਹਾਨੂੰ ਉਹਦਾ DLI ਨੰਬਰ ਦਿਸ ਪੈਂਦਾ, ਤੇ ਨਾਲ ਇਹ ਵੀ ਦਿਸ ਪੈਂਦਾ ਕਿ ਉਹ ਉਸ ਕਾਲਜ 'ਚ ਜਿਹੜੇ ਕੋਰਸ ਨੇ, ਜੇ ਉਹ 900 ਘੰਟੇ ਤੋਂ ਵੱਧ ਜਿਹੜਾ ਵੀ ਕੋਈ ਕੋਰਸ ਹੋਊਗਾ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਐਲੀਜੀਬਲ ਆ। ਤੇ ਜੇ ਤੁਹਾਨੂੰ ਵੈਸੇ ਇਸ ਕਾਲਜ 'ਚ, ਜਸਟ ਫੋਰ ਯੋਰ ਇਨਫੋਰਮੇਸ਼ਨ, ਮੇਰੇ ਖਿਆਲ ਮਾਈਲਸਟੋਨ ਕਾਲਜ ਦੇ ਵਿੱਚ ਕੰਪਿਊਟਿੰਗ ਸਪੋਰਟ PEQ ਲਿਸਟ 'ਚ ਕੋਰਸ ਆ ਜਿਹੜਾ ਤੁਸੀਂ ਲੈ ਸਕਦੇ ਹੋ। ਤੇ ਉਸ ਤੋਂ ਬਾਅਦ ਅੱਗੇ ਜਾ ਕੇ ਜੇ ਗੱਲ ਕਰਦੇ ਹਾਂ ਇਹ ਜੋ ਤੁਸੀਂ, ਤੁਹਾਨੂੰ ਪਤਾ ਹੈ ਕਿ ਹਾਂ ਵੀ ਜਿਹੜੇ ਕਾਲਜ 'ਚ ਤੁਸੀਂ ਜਾਣਾ ਚਾਹੁੰਦੇ ਹੋ ਉਹ ਐਲੀਜੀਬਲ ਆ, ਉਸ ਤੋਂ ਬਾਅਦ ਹੁਣ ਸਟੇਟ ਦੇਖਣੀ ਬਹੁਤ ਜ਼ਰੂਰੀ ਆ। ਜੇ ਤਾਂ ਤੁਸੀਂ BC ਦੇ ਵਿੱਚ ਹੀ ਹੋ ਤੇ ਤੁਸੀਂ ਕਾਲਜ ਆਪਣਾ ਚੇਂਜ ਕਰਦੇ ਹੋ, ਫੋਰ ਐਗਜ਼ਾਮਪਲ ਬ੍ਰਿਟਿਸ਼ ਕੋਲੰਬੀਆ 'ਚ ਤੁਸੀਂ ਆਪਣਾ ਕਾਲਜ ਚੇਂਜ ਕਰਦੇ ਹੋ, ਤੇ ਤੁਹਾਨੂੰ ਕਿਸੇ ਸਟੇਟ ਪਰਮਿਟ ਦੀ ਲੋੜ ਨਹੀਂ ਕਿਉਂਕਿ ਉੱਥੇ ਸਟੇਟ ਪਰਮਿਟ ਹੁੰਦਾ ਨਹੀਂ ਹੋ। ਤੇ ਜੇ ਤੁਸੀਂ ਕਿਸੇ ਪੋਸਟ ਗ੍ਰੈਜੂਏਟ ਇੰਸਟੀਚਿਊਟ 'ਚ ਹੋ ਤੇ ਤੁਹਾਨੂੰ ਆਪਣਾ ਜਿਹੜਾ ਸਟੱਡੀ ਪਰਮਿਟ ਆ ਉਹਨੂੰ ਵੀ ਚੇਂਜ ਕਰਨ ਦੀ ਨਹੀਂ ਲੋੜ, ਤੁਸੀਂ ਸਿਰਫ ਇਮੀਗ੍ਰੇਸ਼ਨ ਨਾਲ ਇਨਫੋਰਮੇਸ਼ਨ ਨੂੰ ਅਪਡੇਟ ਕਰਨਾ ਹੁੰਦਾ, ਸਟੱਡੀ ਪਰਮਿਟ ਦੁਬਾਰਾ ਲੈਣ ਦੀ ਲੋੜ ਨਹੀਂ। ਤੇ ਇਹਦੀ ਕੋਈ ਵੀ ਫੀਸ ਨਹੀਂ ਆ, ਇਟਸ ਐਨ ਐਬਸੋਲੂਟਲੀ ਫ੍ਰੀ ਸਰਵਿਸ ਜਿਹੜੀ ਤੁਸੀਂ ਡਾਇਰੈਕਟਲੀ canada.ca ਦੀ ਵੈਬਸਾਈਟ ਤੇ ਜਾ ਕੇ ਲੈ ਸਕਦੇ ਹੋ, ਤੁਹਾਨੂੰ ਕਿਸੇ ਥਰਡ ਪਾਰਟੀ ਦੀ ਲੋੜ ਨਹੀਂ ਪੈਂਦੀ।
ਪਰ ਹਾਂ ਜਿੱਦਾਂ ਤੁਹਾਡੀ ਹੁਣ ਅਗਰ ਰੀਜ਼ਨ ਜਿਹੜੇ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਰੀਜ਼ਨਸ ਕੀ ਹੁੰਦੇ ਨੇ ਕਿ ਕਾਹਤੋਂ ਕਾਲਜ ਚੇਂਜ ਕੀਤਾ ਜਾਂਦਾ, ਇੱਕ ਤਾਂ ਜੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲਾ ਰੀਜ਼ਨ ਹੋ ਗਿਆ, ਇੱਕ ਹੋਰ ਇੰਪੋਰਟੈਂਟ ਰੀਜ਼ਨ ਹੁੰਦਾ ਕਿ ਜੇ ਤੁਹਾਨੂੰ ਪ੍ਰੋਗਰਾਮ ਪਸੰਦ ਹੀ ਨਹੀਂ ਆਇਆ, ਫੋਰ ਐਗਜ਼ਾਮਪਲ ਕਿ ਜਿਹੜਾ ਕੰਟੈਂਟ ਪ੍ਰੋਗਰਾਮ ਦਾ ਉਹ ਤੁਹਾਨੂੰ ਪਸੰਦ ਨਹੀਂ ਆਇਆ, ਤੁਸੀਂ ਸੋਚਿਆ ਕੁਝ ਹੋਰ ਸੀਗਾ ਪਰ ਤੁਹਾਨੂੰ ਮਿਲਿਆ ਮੁੜ ਕੇ ਜਾ ਕੇ ਕੁਝ ਹੋਰ। ਤੀਜੀ ਚੀਜ਼ ਇੰਪੋਰਟੈਂਟ ਚੀਜ਼ ਇਹ ਹੁੰਦੀ ਹੈ ਜਦੋਂ ਤੁਸੀਂ ਕਾਲਜ ਜਾਣ ਲੱਗਦੇ ਹੋ ਕਈ ਵਾਰੀ ਸਕੇਜੂਲ ਨਹੀਂ ਮੀਟ ਕਰਦਾ, ਸੋ ਬਹੁਤ ਸਾਰੇ ਦੋਸਤ ਇਹ ਸੋਚਦੇ ਹੁੰਦੇ ਨੇ ਕਿ ਯਾਰ ਸਾਨੂੰ 2 ਡੇ ਕਲਾਸ ਮਿਲ ਜਾਵੇ ਜਾਂ ਵੀਕਐਂਡ ਕਲਾਸ ਮਿਲ ਜਾਵੇ ਤੇ ਤੁਹਾਡਾ ਜਿਹੜਾ ਕਾਲਜ ਆ ਜਾਂ ਯੂ ਨੋ ਯੂਨੀਵਰਸਿਟੀ ਆ ਜਾਂ ਇੰਸਟੀਟਿਊਸ਼ਨ ਆ ਉਹ ਤੁਹਾਨੂੰ 5 ਦਿਨ ਦੀ ਸਕੇਜੂਲ ਦੇ ਰਿਹਾ ਜਾਂ ਫਿਰ ਕੁਝ ਇਹੋ ਜਿਹਾ ਸਕੇਜੂਲ ਦੇ ਰਿਹਾ ਜਿਹੜਾ ਤੁਹਾਡੀ ਐਕਸਪੈਕਟੇਸ਼ਨਸ ਨਾਲ ਮੀਟ ਨਹੀਂ ਕਰਦਾ। ਇਸ ਕੇਸ 'ਚ ਤੁਸੀਂ ਚੈੱਕ ਕਰ ਸਕਦੇ ਹੋ ਕਿ ਹੋਰ ਕਿਹੜੇ ਕਾਲਜਿਸ 'ਚ ਸੇਮ ਕੈਲੀਬਰ ਦੇ ਪ੍ਰੋਗਰਾਮ ਨੇ ਜਾਂ ਫਿਰ ਜੇ ਉਹਨਾਂ ਦਾ ਸਕੇਜੂਲ ਬੈਟਰ ਆ, ਤੇ ਜੇ ਤੁਹਾਨੂੰ ਇਹੋ ਜਿਹੇ ਕਿਸੇ ਵੀ ਪ੍ਰੋਗਰਾਮ ਦੀ ਜਾਂ ਕਾਲਜ ਦੀ ਯੂ ਨੋ ਇਫ ਯੂ ਆਰ ਲੁਕਿੰਗ ਫਾਰ ਦੈਟ ਤੇ ਤੁਸੀਂ ਸਾਡੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ। ਸਾਡੀ ਟੀਮ ਦੀ ਜਿਹੜੀ ਇਨਫੋਰਮੇਸ਼ਨ ਹੈ ਉਹਦੇ ਲਈ ਅਸੀਂ ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਹੋਇਆ, ਉਸ ਲਿੰਕ 'ਤੇ ਤੁਸੀਂ ਇਨਫੋਰਮੇਸ਼ਨ ਫਿਲ ਕਰੋ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ। ਸਾਡੀ ਟੀਮ ਤੁਹਾਨੂੰ ਅਰਾਊਂਡ 48 ਆਵਰਸ ਦੇ ਵਿੱਚ ਕੰਟੈਕਟ ਕਰ ਲਏਗੀ ਜੇ ਤੁਹਾਨੂੰ ਕਿਸੇ ਵੀ ਕਾਲਜ ਦੀ ਜਾਂ ਪ੍ਰੋਗਰਾਮ ਦੇ ਰਿਲੇਟਡ ਤੁਸੀਂ ਚੂਜ਼ ਕਰਨਾ ਚਾਹੁੰਦੇ ਹੋ ਜਾਂ ਫਿਰ ਕਾਲਜ ਚੇਂਜ ਕਰਨਾ ਚਾਹੁੰਦੇ ਹੋ। ਹੁਣ ਗੱਲ ਆਉਂਦੀ ਆ ਕਿ ਹੋਰ ਕੀ ਰੀਜ਼ਨ ਹੁੰਦੇ ਨੇ, ਹੋਰ ਕਈ ਵਾਰੀ ਰੀਜ਼ਨ ਜਿਹੜੇ ਸਾਹਮਣੇ ਆਉਂਦੇ ਉਹ ਇਹ ਕਿ ਕੁਝ ਸਿਟੀਜ਼ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਯੂ ਨੋ ਬਹੁਤ ਜ਼ਿਆਦਾ ਕਮਿਊਨਿਟੀ ਨਹੀਂ ਹੁੰਦੀ ਜਾਂ ਫਿਰ ਯੂ ਨੋ ਜਿਹੜਾ ਪਾਰਟ ਟਾਈਮ ਕੰਮ ਲੱਭਣਾ ਔਖਾ ਹੁੰਦਾ ਹੈ ਤੇ ਉਸ ਕਰਕੇ ਵੀ ਬਹੁਤ ਕਈ ਵਾਰੀ ਯੂ ਨੋ ਕਿਸੇ ਵੀ ਸਟੂਡੈਂਟ ਦਾ ਮਨ ਨਹੀਂ ਲੱਗਦਾ ਉਸ ਏਰੀਆ ਦੇ ਵਿੱਚ ਤੇ ਉਹ ਜਾਂ ਤਾਂ ਫਿਰ ਬ੍ਰੈਂਪਟਨ ਮੂਵ ਹੋ ਜਾਂਦੇ ਨੇ ਜਾਂ ਫਿਰ ਉਹ ਮੋਂਟਰੀਅਲ ਮੂਵ ਹੋ ਜਾਂਦੇ ਨੇ। ਸੋ ਡਿਪੈਂਡ ਕਰਦਾ ਤੁਹਾਡੀ ਸਿਚੁਏਸ਼ਨ ਦੇ ਉੱਤੇ। ਸੋ ਇਹ ਕੁਝ ਮੇਨ ਰੀਜ਼ਨਸ ਹੁੰਦੇ ਨੇ ਕਿ ਕੋਈ ਨਾ ਕੋਈ ਵੀ ਸਟੂਡੈਂਟ ਕਾਲਜ ਆਪਣਾ ਚੇਂਜ ਕਰਦਾ ਕਿਉਂ ਆ। ਪਰ ਉਸ ਦੇ ਨਾਲ ਨਾਲ ਜੇ ਤੁਸੀਂ ਕਿਊਬਿਕ ਦੀ ਗੱਲ ਕਰੋ ਤਾਂ ਇੱਥੇ PEQ ਲਿਸਟ ਵੀ ਹੁੰਦੀ ਆ ਜਿਹਦੇ ਵਿੱਚ ਮੈਂਸ਼ਨ ਹੁੰਦੇ ਨੇ ਕਿ ਕਿਹੜੇ ਕਿਹੜੇ ਪ੍ਰੋਗਰਾਮਸ ਗਵਰਨਮੈਂਟ ਦੀ ਜਿਹੜੀ ਯੂ ਨੋ ਡਿਮਾਂਡ ਆ ਉਹਦੇ ਉੱਤੇ ਹਾਈ ਪ੍ਰਾਇੋਰਿਟੀ ਤੇ ਉਹਨਾਂ ਦੇ PR ਦੇ ਵਿੱਚ ਵੀ ਪੁਆਇੰਟਸ ਜ਼ਿਆਦਾ ਹੁੰਦੇ ਨੇ। ਸੋ ਬਹੁਤ ਸਾਰੇ ਦੋਸਤ ਇਸ ਕਰਕੇ ਵੀ ਕਾਲਜ ਆਪਣਾ ਜਾਂ ਪ੍ਰੋਗਰਾਮ ਚੇਂਜ ਕਰ ਦਿੰਦੇ ਨੇ, ਫੋਰ ਐਗਜ਼ਾਮਪਲ ਉਹਨਾਂ ਦਾ ਜਿਹੜਾ ਪ੍ਰੋਗਰਾਮ ਆ ਉਹ PEQ ਲਿਸਟ ਦੇ ਵਿੱਚ ਨਹੀਂ ਆ ਤੇ ਉਹ ਇਹ ਗੱਲ ਉਹਨਾਂ ਨੂੰ ਬਾਅਦ 'ਚ ਪਤਾ ਲੱਗਦੀ ਤੇ ਜਦੋਂ ਪਤਾ ਲੱਗਦੀ ਦੇ ਵੁੱਡ ਲਾਈਕ ਟੂ ਸਵਿਚ ਦ ਪ੍ਰੋਗਰਾਮ, ਉਸ ਕੇਸ 'ਚ ਵੀ ਤੁਸੀਂ ਆਪਣਾ ਪ੍ਰੋਗਰਾਮ ਸਵਿਚ ਕਰ ਸਕਦੇ ਹੋ। ਤੁਸੀਂ PEQ ਲਿਸਟ ਦੇ ਵਿੱਚ ਜਿਹੜੇ ਪ੍ਰੋਗਰਾਮਸ ਨੇ ਉਹ ਪ੍ਰੋਗਰਾਮਸ ਵੀ ਲੈ ਸਕਦੇ ਹੋ। PEQ ਲਿਸਟ ਦਾ ਪੂਰਾ ਲਿੰਕ ਅਸੀਂ ਡਿਸਕ੍ਰਿਪਸ਼ਨ 'ਚ ਦੇ ਦਿੰਦੇ ਹਾਂ, ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਕੁਐਸਚਨ ਆ। ਅਗੇਨ ਯੂ ਕੈਨ ਫਿਲ ਦ ਫਾਰਮ ਐਂਡ ਯੂ ਕੈਨ ਕੰਟੈਕਟ ਅਸ। ਤੇ ਉਸ ਦੇ ਨਾਲ ਨਾਲ ਜਦੋਂ ਤੁਸੀਂ ਉਸ ਚੀਜ਼ ਨੂੰ ਚੂਜ਼ ਕਰ ਲਿਆ ਕਿ ਤੁਹਾਡਾ ਪ੍ਰੋਗਰਾਮ ਨੈਕਸਟ ਕਿਹੜਾ ਹੋਊਗਾ, ਤੁਹਾਡਾ ਕਾਲਜ ਨੈਕਸਟ ਕਿਹੜਾ ਹੋਊਗਾ, ਜੇ ਤਾਂ ਉਹ BC ਜਾਂ ਓਨਟੈਰੀਓ ਦੇ ਵਿੱਚ ਆ ਫਿਰ ਤੁਹਾਨੂੰ ਕਿਸੇ ਸਟੇਟ ਦੇ ਪਰਮਿਟ ਦੀ ਲੋੜ ਨਹੀਂ। ਪਰ ਜੇ ਉਹ ਕਿਊਬਿਕ ਦੇ ਵਿੱਚ ਕੋਈ ਕਾਲਜ ਆ, ਯੂ ਨੋ ਫੋਰ ਐਗਜ਼ਾਮਪਲ ਤੁਸੀਂ ਚੂਜ਼ ਕਰਦੇ ਹੋ ਕੈਨੇਡਾ ਕਾਲਜ, ਤੁਸੀਂ ਮਾਈਲਸਟੋਨ ਕਾਲਜ, ਤੁਸੀਂ CDI ਕਾਲਜ ਚੂਜ਼ ਕਰ ਲੈਂਦੇ ਹੋ, ਤੁਸੀਂ ਹਰਸਿੰਗ ਕਾਲਜ ਚੂਜ਼ ਕਰ ਲੈਂਦੇ ਹੋ, ਕਿਸੇ ਵੀ ਕਾਲਜ ਚੂਜ਼ ਕਰਦੇ ਹੋ ਤੇ ਉਹਦੇ ਲਈ ਤੁਹਾਨੂੰ ਚਾਹੀਦਾ ਹੁੰਦਾ CAQ। ਹੁਣ ਇੱਕ ਹੋਰ ਇੰਪੋਰਟੈਂਟ ਚੀਜ਼ ਕਿ ਜੇ ਤੁਸੀਂ ਵਿਦ ਇਨ ਸਟੇਟ ਹੀ ਚੇਂਜ ਕਰ ਰਹੇ ਹੋ, ਫੋਰ ਐਗਜ਼ਾਮਪਲ ਤੁਸੀਂ ਆਲਰੇਡੀ ਕਿਊਬਿਕ ਦੇ ਇੱਕ ਕਾਲਜ 'ਚ ਆ ਤੇ ਹੁਣ ਤੁਸੀਂ ਕਿਊਬਿਕ ਦੇ ਦੂਜੇ ਕਾਲਜ 'ਚ ਜਾ ਰਹੇ ਹੋ, ਫੋਰ ਐਗਜ਼ਾਮਪਲ ਤੁਹਾਨੂੰ ਇੱਕ ਕਾਲਜ ਯੂ ਨੋ ਜਿਹੜਾ ਸਕੇਜੂਲ ਆ ਉਹ ਲੰਬਾ ਦੇ ਰਿਹਾ, ਫੋਰ ਐਗਜ਼ਾਮਪਲ 5 ਡੇਜ਼ 6 ਡੇਜ਼ ਦਾ, ਤੇ ਤੁਹਾਨੂੰ ਚੈਲੰਜਿੰਗ ਲੱਗਦਾ, ਤੁਸੀਂ ਚਾਹੁੰਦੇ ਹੋ ਇਹੋ ਜਿਹਾ ਕਾਲਜ ਜਿਹਦੇ ਵਿੱਚ ਤੁਹਾਨੂੰ ਸਿਰਫ 2 ਦਿਨ ਪੜ੍ਹਨ ਦਾ ਸਕੇਜੂਲ ਮਿਲ ਜਾਵੇ ਤਾਂ ਕਿ ਤੁਸੀਂ ਬਾਕੀ ਦਿਨ ਆਪਣੀ ਫ੍ਰੈਂਚ ਜਾਂ ਆਪਣੇ ਕੰਮ ਦੇ ਉੱਤੇ ਫੋਕਸ ਕਰ ਸਕੋ। ਸੋ ਉਸ ਕੇਸ 'ਚ ਜੇ ਤੁਸੀਂ ਕਿਊਬਿਕ ਟੂ ਕਿਊਬਿਕ ਵੀ ਚੇਂਜ ਕਰਦੇ ਹੋ ਨਾ ਤੇ ਤੁਹਾਨੂੰ ਦੇਖਣਾ ਪਏਗਾ ਕਿ CAQ ਅਪਡੇਟ ਹੋਣਾ ਜਾਂ ਨਹੀਂ ਹੋਣਾ। ਇੱਥੇ ਇੱਕ ਇਹ ਕੈਚ ਆ ਕਿ ਜੇ ਤਾਂ ਸੇਮ ਕੈਟੇਗਰੀ ਦਾ ਕੋਰਸ ਆ AEC ਟੂ AEC ਮੂਵ ਕਰਦੇ ਹੋ ਤੇ CAQ ਅਪਡੇਟ ਨਹੀਂ ਹੋਣਾ, DEP ਟੂ DEP ਜਾਂ DVS ਮੂਵ ਕਰਦੇ ਹੋ ਤਾਂ ਨਹੀਂ ਹੋਣਾ, ਜੇ ਤੁਸੀਂ ਕਰਦੇ ਹੋ DEC ਟੂ DEC ਫਿਰ ਨਹੀਂ ਹੋਣਾ ਚੇਂਜ। ਪਰ ਜੇ ਤੁਸੀਂ ਇੱਕ ਕੈਟੇਗਰੀ ਤੋਂ ਦੂਜੇ ਕੈਟੇਗਰੀ 'ਚ ਜਾ ਰਹੇ ਹੋ ਤਾਂ ਫਿਰ ਤੁਹਾਨੂੰ ਨਵਾਂ CAQ ਅਪਲਾਈ ਕਰਨਾ ਹੀ ਪੈਣਾ ਆ ਤੇ ਉਹਦੀ ਤੁਹਾਨੂੰ ਪਤਾ ਹੀ ਹੈ ਕਿ ਤੁਹਾਨੂੰ ਥੋੜ੍ਹੇ ਫੰਡਸ ਦਿਖਾਉਣੇ ਹੀ ਪੈਣੇ ਆ ਕਿ ਤੁਹਾਡੀ ਜਿਹੜੀ ਨਵੀਂ ਸਟੱਡੀ ਆ ਉਸ ਲਈ ਤੁਹਾਡੇ ਕੋਲ ਬੈਕਿੰਗ ਹੈਗੀ ਆ, ਮਤਲਬ ਉਸ ਦੇ ਨਾਲ ਉਸ ਤੋਂ ਬਾਅਦ ਹੀ ਤੁਸੀਂ ਆਪਣਾ CAQ ਨੂੰ ਅਪਲਾਈ ਕਰ ਸਕਦੇ ਹੋ। ਸਟਿਲ CAQ ਦੀ ਜਿਹੜੀ ਫੀਸ ਆ ਉਹ $116 ਹੀ ਆ, ਕਿਉਂਕਿ ਜਾ ਕੇ ਹੁਣ ਜੇ ਤੁਸੀਂ ਇਸ ਗੱਲ ਦੀ ਕਰੋ ਕਿ ਜਦੋਂ ਤੁਸੀਂ ਕਾਲਜ ਚੇਂਜ ਕਰਦੇ ਹੋ ਉਹਦਾ ਸਟੈਪ ਬਾਈ ਸਟੈਪ ਪ੍ਰੋਸੈਸ ਹੁੰਦਾ ਆ ਉਹ ਤੁਸੀਂ ਆਪਣੇ ਆਪ ਅਪਡੇਟ ਕਰ ਸਕਦੇ ਹੋ, ਪਰ ਇਹ ਬਹੁਤ ਜ਼ਰੂਰੀ ਆ ਕਿ ਇੱਕ ਕਾਲਜ ਛੱਡਣ ਤੋਂ ਪਹਿਲਾਂ ਦੂਜੇ ਕਾਲਜ ਦੇ ਵਿੱਚ ਤੁਹਾਡੀ ਐਡਮਿਸ਼ਨ ਹੋ ਜਾਵੇ। ਦੂਜੀ ਗੱਲ ਇਹ ਜ਼ਰੂਰ ਚੈੱਕ ਕਰ ਲਓ ਕਿ ਉਹ ਰੈਕਗਨਾਈਜ਼ਡ ਐਂਡ ਅਪਰੂਵਡ ਕਾਲਜ ਆ, ਕਿ ਉਹ ਪ੍ਰੋਪਰਲੀ DLI ਅਪਰੂਵਡ ਆ, ਕਿ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਐਲੀਜੀਬਲ ਹੈਗਾ ਜਾਂ ਨਹੀਂ ਹੈਗਾ। ਇਹ ਸਾਰੇ ਕੀ ਪੁਆਇੰਟਸ ਹੁੰਦੇ ਨੇ ਜਿਹੜੇ ਤੁਸੀਂ ਚੈੱਕ ਜ਼ਰੂਰ ਕਰ ਲਓ, ਕਿਉਂਕਿ ਇਹ ਤੁਹਾਡੀ ਆਪਣੀ ਰਿਸਪੋਂਸੀਬਿਲਿਟੀ ਆ। ਲੈਕ ਆਫ ਇਨਫੋਰਮੇਸ਼ਨ ਇਜ਼ ਵੈਰੀ ਡੇਂਜਰਸ। ਕਈ ਵਾਰੀ ਬਹੁਤ ਸਾਰੇ ਦੋਸਤ ਆਪਣੀ ਅੱਧੀ ਅੱਧੀ ਫੀਸ ਜਾਂ ਫਿਰ ਆਲਮੋਸਟ ਪੂਰੀ ਦੀ ਪੂਰੀ ਫੀਸ ਖਰਾਬ ਕਰ ਦਿੰਦੇ ਨੇ, ਬਾਅਦ 'ਚ ਉਹ ਚੀਜ਼ ਹਰਟ ਕਰਦੀ ਆ, ਕਿਉਂਕਿ ਯਾਰ ਤੁਹਾਡੀ ਜਿਹੜੀ ਮਨੀ ਹੁੰਦੀ ਆ ਉਹ ਤੁਹਾਡੇ ਘਰਦਿਆਂ ਦੀ ਆ।
ਸੋ ਜਦੋਂ ਤੁਸੀਂ ਕਾਲਜ ਚੇਂਜ ਕਰਨਾ ਵੀ ਆ, ਨਵੇਂ ਕਾਲਜ ਤੁਹਾਨੂੰ ਐਡਮਿਸ਼ਨ ਮਿਲ ਵੀ ਗਈ ਆ, ਤੇ ਉਹਦਾ ਆਫਰ ਲੈਟਰ ਤੁਹਾਡੇ ਕੋਲ ਹੋਣਾ ਜ਼ਰੂਰੀ ਆ, ਕਿਉਂਕਿ ਜਦੋਂ ਤੁਸੀਂ ਪੁਰਾਣੇ ਕਾਲਜ ਰੀਫੰਡ ਲਈ ਅਪਲਾਈ ਕਰਦੇ ਹੋ, ਦੇ ਰੀਲੀ ਵਾਂਟ ਟੂ ਨੋ ਕਿ ਤੁਹਾਡੇ ਕੋਲ ਨਵਾਂ ਕਾਲਜ ਹੈਗਾ, ਕਿਉਂਕਿ ਉਸ ਕਾਲਜ ਨੇ ਇਮੀਗ੍ਰੇਸ਼ਨ ਨੂੰ ਅਲਟੀਮੇਟਲੀ ਦੱਸਣਾ ਹੁੰਦਾ, ਕਿਉਂਕਿ ਉਹਨਾਂ ਦੀ ਰਿਸਪੋਂਸੀਬਿਲਿਟੀ ਬਣਦੀ ਆ ਕਿ ਯਾਰ ਇਹ ਸਟੂਡੈਂਟ ਨੇ ਨਵਾਂ ਕਾਲਜ ਲੈ ਰਿਹਾ ਆ, ਦੇ ਆਰ ਨੋ ਲੋਂਗਰ ਅੰਡਰ ਆਰਟ ਅੰਬ੍ਰੇਲਾ। ਸੋ ਇਹ ਚੀਜ਼ਾਂ ਇੰਪੋਰਟੈਂਟ ਆ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਤੁਹਾਨੂੰ ਕੋਈ ਵੀ ਥਰਡ ਪਰਸਨ ਕਹਿ ਦਿੰਦਾ ਕਿ ਫਲਾਨਾ ਲੈ ਲਓ, ਚੇਂਜ ਕਰ ਲਓ, ਇੱਧਰ ਚੱਜੋ, ਉੱਧਰ ਚੱਜੋ, ਕਿਸੇ ਦੀ ਵੀ ਗੱਲਾਂ 'ਚ ਆਉਣ ਤੋਂ ਪਹਿਲਾਂ ਆਲਵੇਜ਼ ਚੈੱਕ canada.ca, ਕਿਉਂਕਿ ਉੱਤੇ ਪੂਰੀ ਪ੍ਰੋਸੈਸ ਪ੍ਰੋਪਰਲੀ ਦਿੱਤੀ ਆ ਕਿ ਤੁਸੀਂ ਆਪਣਾ ਕਾਲਜ ਕਿਵੇਂ ਚੂਜ਼ ਕਰਨਾ ਹੈ, ਕੀ ਰਾਈਟ ਪ੍ਰੋਸੈਸ ਹੁੰਦਾ। ਇੱਕ ਹੋਰ ਚੀਜ਼, ਜਦੋਂ ਇਹ ਤੁਸੀਂ ਆਪਣਾ ਪ੍ਰੋਸੈਸ ਸ਼ੁਰੂ ਕਰਨਾ ਨਾ ਕਾਲਜ ਚੇਂਜ ਦਾ, ਤੇ ਤੁਹਾਨੂੰ ਲੋੜ ਪੈਂਦੀ ਆ ਤੁਹਾਡੀ GIC ਕੀ ਦੀ, ਕਹਿਣ ਦਾ ਮਤਲਬ ਇੱਕ ਕੀ ਕਹਿ ਸਕਦੇ ਹੋ ਉਹਨੂੰ, ID ਪਾਸਵਰਡ ਕਹਿ ਸਕਦੇ ਹੋ, ਜਿਹੜਾ ਤੁਹਾਡੀ ਆਨਲਾਈਨ canada.ca ਜਾਂ CIC ਦੀ ਵੈਬਸਾਈਟ ਤੇ ਹੁੰਦਾ ਆ। ਤੇ ਜਦੋਂ ਤੁਹਾਡੀ ਫਾਈਲ ਲਾਂਚ ਹੁੰਦੀ ਆ ਉਦੋਂ ਉਹ ਤੁਹਾਨੂੰ ਇਹ ਨੰਬਰ ਜਨਰੇਟ ਹੁੰਦਾ ਹੈ। ਜ਼ਿਆਦਾਤਰ ਫਾਈਲਸ ਅੱਜ ਕੱਲ੍ਹ ਆਨਲਾਈਨ ਹੀ ਲੱਗਦੀਆਂ, ਤੁਹਾਨੂੰ ਵੀ ਪਤਾ ਹੈ, ਪਰ ਜੇ ਕਿਤੇ ਤੁਹਾਡੀ ਪੇਪਰ ਫਾਈਲ ਵੀ ਲੱਗੀ ਆ ਕਿਸੇ ਵੀ ਸਿਨੈਰੀਓ ਦੇ ਵਿੱਚ, ਤੇ ਤੁਸੀਂ ਆਪਣੀ ਪੇਪਰ ਐਪਲੀਕੇਸ਼ਨ ਨੂੰ ਆਨਲਾਈਨ ਐਪਲੀਕੇਸ਼ਨ ਨਾਲ ਕਨੈਕਟ ਕਰ ਸਕਦੇ ਹੋ, ਉਹਦੇ ਤੇ ਅਸੀਂ ਇੱਕ ਸੈਪਰੇਟ ਵੀਡੀਓ ਬਣਾਵਾਂਗੇ। ਤੇ ਜੇ ਤੁਹਾਡੇ ਏਜੰਟ ਨੇ ਹਜੇ ਤੱਕ ਤੁਹਾਨੂੰ ਉਹ ਲੌਗਇਨ ID ਤੁਹਾਡੀ ਜਿਹੜੀ CIC ਦੀ ਵੈਬਸਾਈਟ ਦੀ ਨਹੀਂ ਦਿੱਤੀ, ਪਲੀਜ਼ ਗੋ ਐਂਡ ਗੈਟ ਇਟ ਫਰੋਮ ਦੈਮ। ਮੇਰਾ ਇੱਕ ਦੋਸਤ ਆ ਜਿਹਦਾ ਏਜੰਟ ਹਜੇ ਹੁਣ ਫੋਨ ਨਹੀਂ ਚੱਕ ਰਿਹਾ, ਜਸਟ ਟੂ ਮੇਕ ਸ਼ੋਰ ਕਿ ਯੂ ਨੋ ਉਹਨਾਂ ਨੂੰ ਆਪਣੀ ਲੌਗਇਨ ID ਮੰਗ ਰਿਹਾ। ਸੋ ਉਹ ਲੌਗਇਨ ID ਜਿਹੜੀ ਤੁਹਾਡੀ ਐਪਲੀਕੇਸ਼ਨ ਆਨਲਾਈਨ ਫਾਈਲ ਹੁੰਦੀ ਉਹ ਤੁਹਾਡੀ ਆ, ਉਹ ਏਜੰਟ ਦੀ ਨਹੀਂ ਆ। ਪਲੀਜ਼ ਗੋ ਹੈਡ ਐਂਡ ਗੈਟ ਇਟ ਫਰੋਮ ਯੋਰ ਏਜੰਟ। ਤੁਹਾਨੂੰ ਲੋੜ ਪੈ ਸਕਦੀ, ਤੁਸੀਂ 100 ਚੀਜ਼ਾਂ ਲਈ ਉਹਨੂੰ ਐਕਸੈਸ ਕਰਨਾ ਹੈ, ਉਹਦੇ ਲਈ ਜਿਹੜੀਆਂ ਜੇ ਤੁਸੀਂ ਕਾਲਜ ਕੱਲ੍ਹ ਨੂੰ ਚੇਂਜ ਵੀ ਕਰਦੇ ਹੋ ਤੇ ਉਹਨੂੰ ਅਪਡੇਟ ਵੀ ਕਰਨਾ ਜ਼ਰੂਰੀ ਆ, ਤੇ ਅਪਡੇਟ ਤੁਸੀਂ ਉਦੋਂ ਤੱਕ ਨਹੀਂ ਕਰ ਸਕਦੇ ਜਦ ਤੱਕ ਤੁਹਾਡੇ ਕੋਲ ਲੌਗਇਨ ID ਨਹੀਂ ਆ। ਹੁਣ ਇਹ ਬੇਸਿਕ ਚੀਜ਼ਾਂ ਜਿਹੜੀਆਂ ਹਰ ਇੱਕ ਯੂਨੀਵਰਸਿਟੀ ਦੇ ਸਟੂਡੈਂਟ ਨੂੰ, ਹਰ ਇੱਕ ਕਾਲਜ ਜਾਂ ਪੋਸਟ ਸੈਕੰਡਰੀ ਐਜੂਕੇਸ਼ਨ ਇੰਸਟੀਟਿਊਸ਼ਨ 'ਚ ਪੜ੍ਹਦੇ ਹੋਏ ਸਟੂਡੈਂਟ ਨੂੰ ਪਤਾ ਜ਼ਰੂਰ ਹੋਣੀਆਂ ਚਾਹੀਦੀਆਂ। ਤੇ ਜੇ ਤੁਹਾਨੂੰ ਖਜੇ ਵੀ ਕੋਈ ਚੀਜ਼ ਨਹੀਂ ਸਮਝ ਆਈ ਤੁਸੀਂ ਕਮੈਂਟਸ 'ਚ ਦੱਸ ਸਕਦੇ ਹੋ, ਜੇ ਤੁਹਾਨੂੰ ਕੋਈ ਕਨਫਿਊਜ਼ਨ ਆ। ਸਾਡੀ ਕੋਸ਼ਿਸ਼, ਸਾਡੀ ਟੀਮ ਦੀ ਇਹ ਹੋਊਗੀ ਕਿ ਅਸੀਂ ਤੁਹਾਨੂੰ ਚੈੱਕ ਕਰਕੇ ਦੱਸ ਜ਼ਰੂਰ ਦਈਏ। ਅਗੇਨ ਇਹ ਪੂਰੀ ਇਨਫੋਰਮੇਸ਼ਨ canada.ca ਵੈਬਸਾਈਟ ਤੇ ਅਵੇਲੇਬਲ ਹੈ, ਇਟਸ ਐਬਸੋਲੂਟਲੀ ਫ੍ਰੀ, ਯੂ ਕੈਨ ਗੋ ਹੈਡ ਐਂਡ ਚੈੱਕ ਇਟ। ਪਰ ਫਿਰ ਵੀ ਜੇ ਤੁਸੀਂ ਕੋਈ ਕਾਲਜ ਚੇਂਜ ਕਰਨਾ, ਕੋਈ ਯੂ ਨੋ ਪ੍ਰੋਗਰਾਮ ਪਤਾ ਕਰਨਾ ਕਿ ਕਿਹੜੇ ਕਾਲਜ ਵਿੱਚ ਕਿਹੜਾ ਪ੍ਰੋਗਰਾਮ ਅਵੇਲੇਬਲ ਆ ਜਿਹੜਾ ਤੁਹਾਡੇ ਲਈ ਹੈਲਪਫੁਲ ਹੋ ਸਕਦਾ ਹੈ, ਤੁਸੀਂ ਡਿਸਕ੍ਰਿਪਸ਼ਨ 'ਚ ਦਿੱਤੇ ਲਿੰਕ ਤੇ ਆਪਣੀ ਇਨਫੋਰਮੇਸ਼ਨ ਫਿਲ ਕਰ ਸਕਦੇ ਹੋ, ਸਾਡੀ ਟੀਮ ਤੁਹਾਨੂੰ ਕੰਟੈਕਟ ਕਰ ਲਏਗੀ। ਉਸ ਦੇ ਨਾਲ ਤੁਹਾਨੂੰ ਓਵਰਆਲ ਸਾਡੀਆਂ ਵੀਡੀਓਜ਼ ਕਿਹੋ ਜਿਹੀਆਂ ਲੱਗ ਰਹੀਆਂ ਨੇ, ਫੀਲ ਫ੍ਰੀ ਟੂ ਲੈਟ ਅਸ ਨੋ, ਤੇ ਸਾਡੀ ਕੋਸ਼ਿਸ਼ ਹੋਊਗੀ ਆਉਣ ਵਾਲੀਆਂ ਵੀਡੀਓਜ਼ ਨੂੰ ਹੋਰ ਇੰਪਰੂਵ ਕੀਤਾ ਜਾਵੇ। ਤੇ ਵੈਸੇ ਵੀ ਇਹ ਵੀਡੀਓ ਬਹੁਤ ਲੰਬੀ ਜਾ ਰਹੀ ਆ, ਮੋਸਟ ਪ੍ਰੋਬਬਲੀ ਅਸੀਂ ਇਹਦਾ ਸੈਕੰਡ ਪਾਰਟ ਤੁਹਾਡੇ ਨਾਲ ਸ਼ੇਅਰ ਕਰਾਂਗੇ, ਜਿਹਦੇ ਵਿੱਚ ਅਸੀਂ ਇਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਇਸ ਪ੍ਰੋਸੈਸ ਦੇ ਵਿੱਚ ਜਿਹੜਾ ਆਪਣਾ ਨਵੇਂ ਕਾਲਜ 'ਚ ਜਦੋਂ ਤੁਸੀਂ ਜਾਂਦੇ ਹੋ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਆ, ਆਨਲਾਈਨ ਆਪਣਾ ਨਵੇਂ ਕਾਲਜ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਤੁਸੀਂ canada.ca ਵੈਬਸਾਈਟ ਤੇ ਅਪਡੇਟ ਕਰਨੀ ਕਿੱਦਾਂ ਆ, ਕਿਹੜੀਆਂ ਚੀਜ਼ਾਂ ਦੀ ਤੁਹਾਨੂੰ ਲੋੜ ਪੈ ਸਕਦੀ, ਐਂਡ ਹਾਊ ਟੂ ਬਿਗਿਨ ਦੈਟ ਪ੍ਰੋਸੈਸ। ਉਸ ਲਈ ਸਾਡੀਆਂ ਵੀਡੀਓਜ਼ ਨੂੰ ਦੇਖਦੇ ਰਹੋ, ਤੇ ਜੇ ਤੁਸੀਂ ਅਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਫਿਰ ਮੈਨੂੰ ਦੱਸਣ ਦੀ ਤਾਂ ਲੋੜ ਨਹੀਂ ਆ ਬਾਈ ਜੀ, ਤੁਸੀਂ ਆਪੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹਿੱਟ ਕਰੋ ਬੈਲ ਬਟਨ ਤਾਂ ਕਿ ਅਗਲੀ ਵੀਡੀਓ ਜਦੋਂ ਅਸੀਂ ਪਾਉਣੀ ਇਹਦਾ ਪਾਰਟ 2 ਤੁਹਾਡੀਆਂ ਸਕਰੀਨਾਂ ਤੇ ਟਾਈਮ ਨਾਲ ਪਹੁੰਚ ਜਾਵੇ। ਉਸ ਦੇ ਨਾਲ ਨਾਲ ਸਾਡੀਆਂ ਸਾਰੀਆਂ ਵੀਡੀਓਜ਼ ਨੂੰ ਪਿਆਰ ਕਰਨ ਲਈ ਥੈਂਕ ਯੂ ਸੋ ਮੱਚ, ਲਵ ਯੂ ਆ ਸੱਜਣ ਜੀ, ਆਸ ਕਰਦਾ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਇਸ ਵੀਡੀਓ ਦੇ ਪਾਰਟ 2 ਦੇ ਲਈ ਸਾਡੇ ਨਾਲ ਬੜੇ ਰਹੋ ਜੀ, ਹੱਸਦੇ ਮੁਸਕਰਾਉਂਦੇ ਰਹੋ, ਸ਼ਾਬਾਸ਼।